ਓਏ ਅੱਜ ਬੜੇ ਦਿਨਾਂ ਬਾਅਦ ਫੇਰ ਭਾਜੀ ਹੁਣਾਂ ਦੇ ਹੋਪ ਤੇ ਗੇੜਾ ਵੱਜਾ ਆ। ਭਾਜੀ ਹੁਣ ਬੜਾ ਯਾਦ ਕਰਨ ਡੇ, ਕਹਿੰਦੇ ਤੁਸੀਂ ਆਏ ਨੀ ਆਏ ਨੀ, ਦੇਖ ਲਓ ਭਾਜੀ ਅੱਜ ਹਾਂ ਤੇ ਵੱਟ ਕੱਢਦੇ ਤੁਸੀਂ ਆਪਣੀ ਸ਼ੋਪ ਦੇ ਗੱਲ ਕਹੀ ਆ ਕਿਸੇ ਦੇ ਪੈਰਾਂ ਪਿੱਛੇ ਹੁੰਦਾ ਤੁਹਾਡੇ ਪੈਰ ਹੀ ਇੰਨੇ ਮਤਲਬ ਸਹੀ ਯਕੀਨ ਮੰਨਿਓ ਕਿੰਨਾ ਮੰਮੀ ਦੱਸ ਸਕਦੀ ਆ ਗੱਲ ਇਹਨੇ ਦਰਤੀ ਹੁੰਦਾ ਪੁੱਤ ਮੈਂ ਤੁਹਾਨੂੰ ਦੱਸਦੀ ਆ ਫਿਰ ਪੈਰਾਂ ਪਿੱਛੇ ਦੱਸਾ ਕੀ ਸੀ ਗੁਰਮੇਲ ਕਾਕੇ ਜਿੱਥੇ ਵੀ ਜਾਂਦੀ ਆ ਨਾ ਪੈਰਾਂ ਹੀ ਇੱਦਾਂ ਦਾ ਜਿੰਨਾ ਜਿੰਨਾ ਘਰਾਂ ਚ ਵੀ ਗਏ ਆ ਨਾ ਅਸੀਂ ਰੱਬ ਵੱਲੋਂ ਜਿਨ੍ਹਾਂ ਦੇ ਕੰਮ ਅੜੇ ਸੀ ਜਿੱਦਾਂ ਵਿਜੇ ਅੜੇ ਸੀ ਕਈਆਂ ਬੱਚਿਆਂ ਦੇ ਉਹਨਾਂ ਦੇ ਵਿਜੇ ਆ ਗਏ ਕਈਆਂ ਦੀਆਂ ਕੋਠੀਆਂ ਪੈ ਗਈਆਂ ਨਹੀਂ ਬਹੁਤ ਬਹੁਤ ਸੋਹਣੀ ਬਹੁਤ ਸੋਹਣਾ ਤੁਸੀਂ ਆਪਣਾ ਬਣਾਇਆ ਤੇ ਬਾਕੀ ਚਾਹ ਇੰਨੇ ਸੋਹਣੇ ਸੂਟ ਸੀਤੇ ਆ ਮਜ਼ਾ ਹੀ ਆ ਗਿਆ ਪਹਿਲੀ ਵਾਰ ਪਹਿਲੀ ਵਾਰ ਇੰਨੀ ਸੈਟੀਸਫਾਈ ਹੋਈ ਆ ਮਿਹਨਤ ਭਾਜੀ ਦੀ ਕਹੋ ਭਾਜੀ ਮਿਹਨਤ ਮੇਰੀ ਸਾਰੀ ਬਾਕੀ ਭਾਜੀ ਹੋਣਾ ਦਾ ਅੱਜ ਆਪਾਂ ਸੀਨ ਵੀ ਲਿਆ ਵੀਡੀਓ ਵਿੱਚ ਤੇ ਭਾਜੀ ਤੁਸੀਂ ਪਹਿਲੇ ਮਤਲਬ ਬੰਦੇ ਚ ਜਿਨ੍ਹਾਂ ਨੇ ਰੀਟੇਕ ਨਹੀਂ ਕਰਵਾਇਆ ਮੇਰੇ ਕੋਲੋਂ ਫਸਟ ਟਾਈਮ ਐਕਟਿੰਗ ਕਰਨ ਦੇ ਵਿੱਚ ਤੁਹਾਡੀ ਐਕਟਿੰਗ ਮੈਨੂੰ ਤਾਂ ਬਹੁਤ ਪਸੰਦ ਆਈ ਆ ਤੇ ਸਾਡੇ ਸਬਸਕ੍ਰਾਈਬਰ ਨੂੰ ਵੀ ਬਹੁਤ ਪਸੰਦ ਆਉਣੀ ਹੈ ਮੈਨੂੰ ਪਤਾ ਮੇਰੀ ਗੱਲ ਸੁਣੋ ਤੁਸੀਂ ਦੀਦੀ ਦੀ ਕੀਤੀ ਮੈਂ ਭਾਜੀ ਦੀ ਕਰਤੀ ਪਰ ਮੈਂ ਭਾਜੀ ਨੂੰ 100 ਚੋਂ 100 ਨੰਬਰ ਦਿੰਦਾ ਐਕਟਿੰਗ ਦੇ ਦੀਦੀ ਨੂੰ ਅਜੇ 70 ਨੰਬਰ ਦਿੰਦਾ ਇਹ ਥੋੜੇ ਜਿਹੇ ਨਰਵਸ ਸੀਗੇ ਭਾਜੀ ਤੁਸੀਂ ਦੱਸ ਦੋ ਥੋੜੇ ਜਿਹੇ ਨਰਵਸ ਹੈਗੇ ਸੀ ਨਾ ਹੈਗੇ ਸੀ ਨਾ ਤੇ ਭਾਜੀ ਤੁਸੀਂ ਤੁਹਾਡੇ ਚ ਕਲਾ ਹੀ ਨੀ ਕਿਥੋਂ ਐਕਟਿੰਗ ਵਾਲੀ ਮੈਂ ਭਾਜੀ ਜਦੋਂ ਪੜ੍ਹਦਾ ਸੀ ਤਾਂ ਸ਼ਨੀਵਾਰ ਬਾਲ ਸਭਾ ਲੱਗਦੀ ਸੀ ਸਕੂਲ ਚ ਉਦੋਂ ਐਕਟਿੰਗ ਕਰਦੇ ਰਹੇ ਆ ਤਾਂ ਕਰਕੇ ਯਾਨੀ ਕਿ ਐਕਟਿੰਗ ਹੈਗੀ ਆ ਭਾਜੀ ਹੁਣ ਸਾਨੂੰ ਪਤਾ ਹੁਣ ਸਾਨੂੰ ਪਤਾ ਲੱਗ ਗਿਆ ਕਿ ਭਾਜੀ ਐਕਟਿੰਗ ਪੂਰੀ ਆ ਹੁਣ ਆਪਾਂ ਆ ਜਾ ਕਰਨਾ ਭਾਜੀ ਦਾ ਸੀਨ ਕੋਈ ਨੀ ਜਰੂਰ ਇੱਧਰ ਭਾਜੀ ਹੋਣਾ ਦਾ ਬੇਟਾ ਤ੍ਰਿਮਨਵੀਰ ਸਿੰਘ
ਚਲੋ ਫੜੋ ਚਾਹ ਲਓ ਦੀ ਚਾਹ ਲਓ ਹਾਂਜੀ ਹਾਂਜੀ ਕੋਈ ਨਹੀਂ ਹਾਂਜੀ ਹਾਂਜੀ ਚਲਾ ਦੋ ਪੱਖੇ ਚਲਾ ਦੋ ਓਏ ਸਾਹਿਬ ਸਾਹਿਬ ਬਾਕੀ ਭਾਜੀ ਸੱਚ ਉਹ ਗੁਰਮੇਹਰ ਦੇ ਸੂਟ ਜਿਹੜੇ ਸੀ ਉਹ ਬਹੁਤ ਹੱਥ ਸੀਤੇ ਆ ਬਹੁਤ ਹੀ ਸੋਹਣੇ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਸੋਹਣੇ ਅਸਲ ਚ ਹੈਡ ਮਾਸਟਰ ਸਾਹਿਬ ਇੱਧਰ ਆ ਪ੍ਰਿੰਸੀਪਲ ਸਾਹਿਬ ਹੈਨਾ ਚਲੋ ਸਾਰਿਆਂ ਦੀ ਮਿਹਨਤ ਬਹੁਤ ਵਧੀਆ ਤੇ ਬਹੁਤ ਹੀ ਸੋਹਣੇ ਸੀਗੇ ਥੈਂਕ ਯੂ ਸਾਰਿਆਂ ਦਾ ਹੈ ਮਿਹਨਤ ਕੀਤੀ ਦਾ ਮੁੱਲ ਮੋੜਦਾ ਜ਼ਰੂਰ ਹੈ ਹਾਂਜੀ ਹਾਂਜੀ ਭਾਵੇਂ ਜਿੱਦਾਂ ਮਰਜ਼ੀ ਬੱਚਿਆਂ ਰਾਹੀਂ ਮੋੜੇ ਤੇ ਭਾਵੇਂ ਲੇਟ ਮੋੜੇ ਬਿਲਕੁਲ ਜੀ ਬਿਲਕੁਲ ਬਾਕੀ ਆਂਟੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਹਾਂ ਨਹੀਂ ਮਿਹਨਤ ਬੜੀ ਕੀਤੀ ਬਹੁਤ ਮਤਲਬ ਕਿ ਇਹ ਚੀਜ਼ ਨੂੰ ਮੰਨਦੇ ਕਿ ਤੁਹਾਡੀ ਮੰਮੀ ਨੇ ਬਹੁਤ ਬਹੁਤ ਅਸੀਂ ਤਾਂ ਮੰਮੀ ਦਾ ਦਿੱਤਾ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਚੱਲੀਏ ਚੱਲੀਏ 10 ਵਜ ਗਏ ਆ ਚੱਲੀਏ ਤੇ ਬਾਕੀ ਜਿੰਨੇ ਵੀ ਸਾਡੇ ਬਾਹਰ ਵਾਲੇ ਭੈਣ ਭਰਾ ਆ ਬੇਝਿਜਕ ਇੱਥੋਂ ਤੁਸੀਂ ਸਟਿਚਿੰਗ ਕਰਵਾ ਸਕਦੇ ਜੇ ਸੂਟ ਤਾਂ ਤੁਸੀਂ ਆਪਣਾ ਵੇਖ ਹੀ ਲਏ ਹੋਣੇ ਆ ਪ੍ਰੀਤ ਦੇ ਅਤੇ ਭਾਬੀ ਹੋਣਾਂ ਦੇ ਵੀ ਕਿੰਨੇ ਵਧੀਆ ਜਿਹੜੇ ਆ ਉਹ ਸਟਿਚਿੰਗ ਕੀਤੇ ਸੀਗੇ ਭਾਜੀ ਹੋਣਾਂ ਨੇ ਅਤੇ ਇੱਕ ਵਾਰੀ ਤੁਸੀਂ ਇੱਥੋਂ ਮੈਂ ਉਹੀ ਸਟਿਚਿੰਗ ਵਾਲੇ ਫੋਨ ਕਰਿਓ ਹਾਂਜੀ ਤੇ ਜਿੰਨੇ ਵੀ ਇੱਕ ਵਾਰ ਇੱਥੋਂ ਸਟਿਚਿੰਗ ਕਰਵਾ ਲਈ ਮੇਰਾ ਵਾਅਦਾ ਆ ਉਹ ਹੋਰ ਕਿਤੇ ਨਹੀਂ ਜਾਊਗਾ ਤੇ ਉਹ ਭਾਜੀ ਹੁਣਾਂ ਦਾ ਫੋਨ ਨੰਬਰ ਆ ਤੇ ਜਿੰਨੇ ਜਿੰਨੇ ਵੀ ਸਟਿਚਿੰਗ ਕਰਾਉਣੀ ਬਾਹਰ ਵਾਲੇ ਭੈਣ ਭਰਾ ਵੀ ਪਿੰਡ ਹੈਗਾ ਆ ਇਹ ਮਾੜੀ ਪੰਨੂਆ ਮਾੜੀ ਪੰਨੂਆ ਹੀ ਆ ਨਾ ਹਾਂਜੀ ਤਨੂ ਅਨੂ ਬੁਟੀਕ ਮਾੜੀ ਪੰਨੂਆ ਪਿੰਡ ਆ ਤੇ ਮੈਨੂੰ ਪਤਾ ਸਾਰੇ ਐਡਰੈਸ ਮੰਗਣਾ ਸੀਗਾ ਵੀ ਤੁਸੀਂ ਦੱਸਿਆ ਤਾਂ ਹੈ ਹੀ ਨਹੀਂ ਤੇ ਮੈਂ ਚਲੋ ਦੱਸ ਦਈਏ ਤੇ ਬਾਕੀ ਸਪੈਸ਼ਲ ਲਹਿੰਗੇ ਪਲਾਜੋ ਸੂਟ ਅਮਰੇਲਾ ਸੂਟ ਫਰਾਕ ਸੂਟ ਸਿੰਪਲ ਸੂਟ ਜਿੱਦਾਂ ਦਾ ਵੀ ਤੁਸੀਂ ਚਾਹੋ ਤੁਹਾਡਾ ਉੱਦਾਂ ਦਾ ਹੀ ਜਿਹੜਾ ਸੂਟ ਆ ਉਹ ਤਿਆਰ ਕੀਤਾ ਜਾਊਗਾ ਇੱਥੇ ਹੈ ਨਾ ਅਤੇ ਬਾਕੀ ਮੈਂ ਫਿਰ ਕਹਿੰਦਾ ਕਿ ਇੱਕ ਵਾਰ ਤੁਸੀਂ ਸਿਰਫ ਇੱਥੋਂ ਸਟਿਚਿੰਗ ਕਰਵਾ ਕੇ ਵੇਖਿਓ ਤੁਹਾਨੂੰ ਤੁਸੀਂ ਦੂਜੀ ਜਗ੍ਹਾ ਜਾਣਾ ਹੀ ਨਹੀਂ ਕਿਉਂਕਿ ਹਾਂਜੀ ਦੁਪੱਟੇ ਵੀ ਤਿਆਰ ਕਰਦੇ ਆ ਅਤੇ ਲਾਈਟ ਵੀ ਬੰਦ ਹੋ ਗਈ ਮੇਰੀ ਬੈਟਰੀ ਉਹ ਹੋ ਗਈ ਆ ਤੇ ਬਾਕੀ ਚਲੋ ਚੱਲੀਏ ਫਿਰ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ।